ਖਬਰਾਂ ਦੇ ਸਿਲਸਿਲੇ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਗੁਰਪ੍ਰੀਤ ਸਿੰਘ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਭਖੀ ਜੰਗ ਦੀ। ਜੀ ਹਾਂ, ਦੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ। ਇੱਕ ਪਾਸੇ ਕਾਂਗਰਸ ਸਰਕਾਰ ਦੇ ਖਿਲਾਫ ਮੋਰਚਾ ਖੋਲ ਰਹੀ ਹੈ ਤਾਂ ਉਧਰ ਬੀਜੇਪੀ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੇ ਆਗੂਆਂ ਨੇ ਲੋਕ ਸਭਾ ਦੇ ਬਾਹਰ ਕਾਂਗਰਸ ਦੇ ਖਿਲਾਫ ਮੁਜ਼ਾਹਰਾ ਕੀਤਾ। ਜੀ ਹਾਂ, ਦੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ। ਤੁਹਾਨੂੰ ਦੱਸ ਦਈਏ ਕਿ ਕਾਂਗਰਸ ਪਾਰਟੀ ਜੰਤਰ ਮੰਤਰ ਤੋਂ ਸੰਸਦ ਭਵਨ ਤੱਕ ਲੋਕਤੰਤਰ ਬਚਾਓ ਮਾਰਚ ਕਰ ਰਹੀ ਹੈ, ਜੋ ਕਿ ਸ਼ੁਰੂ ਹੋ ਚੁੱਕਿਆ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਜੰਤਰ ਮੰਤਰ 'ਤੇ ਰੈਲੀ ਨੂੰ ਸੰਬੋਧਨ ਕਰਨਗੇ। ਇਸ ਮਾਰਚ ਦੇ ਜ਼ਰੀਏ ਮੋਦੀ ਸਰਕਾਰ ਨੂੰ ਵੱਖ ਵੱਖ ਮੁੱਦਿਆਂ 'ਤੇ ਘੇਰਿਆ ਜਾਏਗਾ। ਅਤੇ ਪਹਿਲੀ ਤਸਵੀਰ ਤੁਹਾਨੂੰ ਦਿਖਾ ਰਿਹਾ ਉਹ ਬੀਜੇਪੀ ਦੇ ਵਿਰੋਧ ਦੀ ਹੈ, ਜੋ ਕਿ ਬੀਜੇਪੀ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੇ ਵੱਲੋਂ ਦੀ ਲੋਕ ਸਭਾ ਦੇ ਬਾਹਰ ਕੀਤਾ ਗਿਆ। ਮਹਾਤਮਾ ਗਾਂਧੀ ਦੀ ਪ੍ਰਤਿਮਾ ਦੇ ਅੱਗੇ ਇਹ ਮੁਜ਼ਾਹਰਾ ਕੀਤਾ ਗਿਆ, ਸ਼ਾਂਤਮਈ ਮੁਜ਼ਾਹਰਾ ਕੀਤਾ ਗਿਆ ਕਾਂਗਰਸ ਦੇ ਖਿਲਾਫ਼। ਉੱਧਰ ਕਾਂਗਰਸ ਦੇ ਵੱਲੋਂ ਦੀ ਹੱਲਾ ਬੋਲਿਆ ਜਾ ਰਿਹਾ ਹੈ ਬੀਜੇਪੀ ਦੇ ਖਿਲਾਫ਼ ਕਈ ਮੁੱਦਿਆਂ ਨੂੰ ਲੈ ਕੇ। ਸੋ ਕਾਂਗਰਸ ਦੇ ਵੱਲੋਂ ਦੀ ਜੋ ਹੱਲਾ ਬੋਲਿਆ ਜਾ ਰਿਹਾ ਉਸ ਦੇ ਵਿੱਚ ਕੀ ਮਸਲਾ ਹੈ, ਪੂਰਾ ਮਾਮਲਾ ਕੀ ਹੈ, ਕਿਉਂ ਆਖਰ ਕਾਂਗਰਸ ਦੇ ਆਗੂ ਇਹ ਮੁਜ਼ਾਹਰਾ ਕਰਨ ਜਾ ਰਹੇ ਨੇ, ਇਸ ਦੇ ਬਾਰੇ 'ਚ ਹੋਰ ਜ਼ਿਆਦਾ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜ ਗਏ ਨੇ ਸਾਡੇ ਸਹਿਯੋਗੀ ਪੰਕਜ ਕਪਾਹੀ। ਜੀ ਪੰਕਜ, ਕੀ ਹੈ ਪੂਰਾ ਮਾਮਲਾ, ਆਖਰ ਕਾਂਗਰਸ ਨੂੰ ਜੋ ਕਾਂਗਰਸ ਦੇ ਆਗੂ ਨੇ ਪੂਰੇ ਦੇ ਪੂਰੇ ਸੀਨੀਅਰ ਲੀਡਰਸ਼ਿਪ ਕਿਉਂ ਸੜਕਾਂ 'ਤੇ ਨਿਤਰ ਰਹੀ ਹੈ? ਬਿਲਕੁਲ ਗੁਰਪ੍ਰੀਤ, ਕਿਉਂਕਿ ਜਿਸ ਤਰੀਕੇ ਨਾਲ ਕਾਂਗਰਸ ਦਾ ਕਹਿਣਾ ਹੈ ਕਿ ਸੇਫ ਡੈਮੋਕ੍ਰੇਸੀ, ਇਸੇ ਨੂੰ ਲੈ ਕੇ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਔਰ ਸੇਫ ਡੈਮੋਕ੍ਰੇਸੀ ਦੇ ਨਾਮ 'ਤੇ ਅੱਜ ਦਿੱਲੀ ਦੇ ਜੰਤਰ ਮੰਤਰ ਤੋਂ ਲੈ ਕੇ ਪਾਰਲੀਮੈਂਟ ਸਟਰੀਟ ਤੱਕ ਤਮਾਮ ਜੋ ਨੇ ਕਾਂਗਰਸ ਦੇ ਸੀਨੀਅਰ ਆਗੂ ਅੱਜ ਮਾਰਚ ਕਰਨਗੇ, ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਤੋਂ ਜੋ ਹਜ਼ਾਰਾਂ ਲੋਕ ਇੱਥੇ ਪਹੁੰਚ ਰਹੇ ਨੇ, ਖਾਸ ਤੌਰ 'ਤੇ ਸਾਰੇ ਜੋ ਵਿਧਾਇਕ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਔਰ ਕਾਂਗਰਸ ਦਾ ਇਹ ਇਲਜ਼ਾਮ ਹੈ ਕਿ ਨਰਿੰਦਰ ਮੋਦੀ ਦੀ ਕੇਂਦਰ ਦੀ ਸਰਕਾਰ ਆਉਣ ਤੋਂ ਬਾਅਦ ਲਗਾਤਾਰ ਜਿੱਥੇ ਜਿੱਥੇ ਸੂਬਿਆਂ 'ਚ ਕਾਂਗਰਸ ਦੀ ਸਰਕਾਰ ਹੈ ਉੱਥੇ ਉਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖਾਸ ਤੌਰ 'ਤੇ ਉੱਤਰਾਖੰਡ, ਅਰੁਣਾਚਲ ਪ੍ਰਦੇਸ਼ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਸਰਕਾਰ ਕੇਂਦਰ ਦੀ ਵਜ੍ਹਾ ਕਰਕੇ ਡਿੱਗੀ ਔਰ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਹੈ। ਇਸੇ ਨੂੰ ਲੈ ਕੇ ਅੱਜ ਰਾਹੁਲ ਗਾਂਧੀ ਔਰ ਸੋਨੀਆ ਗਾਂਧੀ ਦੀ ਅਗਵਾਈ ਵਿੱਚ ਦਿੱਲੀ ਦੇ ਜੰਤਰ ਮੰਤਰ 'ਤੇ ਜੋ ਅੱਜ ਮਾਰਚ ਕੀਤਾ ਜਾ ਰਿਹਾ ਔਰ ਜਿਸ ਦਾ ਨਾਮ ਹੈ ਸੇਫ ਡੈਮੋਕ੍ਰੇਸੀ। ਜੀ ਪੰਕਜ, ਕਿਤੇ ਨਾ ਕਿਤੇ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਜੋ ਕਾਂਗਰਸ ਦੇ ਆਗੂਆਂ 'ਤੇ ਇਲਜ਼ਾਮ ਲੱਗ ਰਹੇ ਨੇ ਅਗਸਟਾ ਵੈਸਟਲੈਂਡ ਮਾਮਲੇ ਦੇ ਵਿੱਚ, ਕਿ ਉਸ ਨੂੰ ਲੈ ਕੇ ਵੀ ਕਾਂਗਰਸ ਇਹ ਮੁਜ਼ਾਹਰਾ ਕਰ ਰਹੀ ਹੈ ਉਸ ਦੇ ਖਿਲਾਫ਼? ਬਿਲਕੁਲ ਗੁਰਪ੍ਰੀਤ, ਕਿਉਂਕਿ ਤਮਾਮ ਅਜਿਹੇ ਮੁੱਦੇ ਨੇ, ਚਾਹੇ ਅਗਸਟਾ ਲੀਨ ਡੀਲ ਹੋਵੇ ਜਾਂ ਫਿਰ ਕਿਸਾਨਾਂ ਦਾ ਮੁੱਦਾ ਹੋਵੇ, ਜਿਸ ਤਰੀਕੇ ਨਾਲ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਤਮਾਮ ਅਜਿਹੇ ਮੁੱਦੇ ਨੇ ਜੋ ਕੇਂਦਰ ਦੀ ਸਰਕਾਰ 'ਚ ਲਗਾਤਾਰ ਲੋਕਾਂ ਨੂੰ ਦਿਖਾਇਆ ਜਾ ਰਿਹਾ ਹੈ ਕਿ ਚਾਹੇ ਕਿਸਾਨਾਂ ਦਾ ਮੁੱਦਾ ਹੋਵੇ ਉਸ ਨੂੰ ਲੈ ਕੇ ਕਾਂਗਰਸ ਮਾਰਚ ਕਰ ਰਹੀ ਹੈ, ਜਾਂ ਫਿਰ ਜਿਸ ਤਰੀਕੇ ਨਾਲ ਹਿਮਾਚਲ 'ਚ ਕਾਂਗਰਸ ਦੀ ਸਰਕਾਰ ਹੈ, ਮੁੱਖ ਮੰਤਰੀ ਵੀਰਭਦਰ ਸਿੰਘ ਨੂੰ ਖਾਸ ਤੌਰ 'ਤੇ ਨਿਸ਼ਾਨੇ 'ਤੇ ਲਿਆ ਜਾ ਰਿਹਾ ਵੈ, ਅਜਿਹੇ ਤਮਾਮ ਮੁੱਦਿਆਂ ਨੂੰ ਲੈ ਕੇ ਅੱਜ ਕਾਂਗਰਸ ਜੋ ਹੈ ਅੱਜ ਦਿੱਲੀ ਦੇ ਜੰਤਰ ਮੰਤਰ 'ਤੇ ਉਤਰੀ ਹੈ ਔਰ ਸੋਨੀਆ ਗਾਂਧੀ, ਰਾਹੁਲ ਗਾਂਧੀ ਇਹ ਤਮਾਮ ਜੋ ਵੱਡੇ ਲੀਡਰ ਨੇ ਇਹ ਇਹਨਾਂ ਦੀ ਅਗਵਾਈ 'ਚ ਅੱਜ ਪੈਦਲ ਮਾਰਚ ਕੀਤਾ ਜਾਏਗਾ ਔਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਤਮਾਮ ਪੰਜਾਬ ਦੇ ਜੋ ਕਾਂਗਰਸੀ ਲੀਡਰ ਨੇ ਉਹ ਇੱਥੇ ਪਹੁੰਚ ਰਹੇ ਨੇ, ਹਰਿਆਣਾ ਦੀ ਗੱਲ ਕੀਤੀ ਜਾਵੇ ਹਰਿਆਣਾ ਦੇ ਸਾਰੇ ਆਗੂ ਇੱਥੇ ਪਹੁੰਚ ਰਹੇ ਨੇ, ਹਿਮਾਚਲ ਦੀ ਪੂਰੀ ਕੈਬਨਿਟ ਜੋ ਹੈ ਇੱਥੇ ਪਹੁੰਚ ਰਹੀ ਹੈ ਔਰ ਲਗਾਤਾਰ ਜੋ ਹੈ ਨਰਿੰਦਰ ਮੋਦੀ ਦੇ ਖਿਲਾਫ਼ ਜੋ ਹੈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜੀ ਪੰਕਜ, ਕੀ ਇਹ ਕਿਹਾ ਜਾ ਸਕਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਨਾਲ ਕਾਂਗਰਸ ਕਮਬੈਕ ਕਰਨ 'ਚ ਲੱਗੀ ਹੋਈ ਹੈ ਅਤੇ ਜੋ ਹੁਕਮਰਾਨ ਧਿਰ 'ਤੇ ਦਬਾਅ ਬਣਾਉਣਾ ਚਾਹੁੰਦੀ ਹੈ? ਬਿਲਕੁਲ ਗੁਰਪ੍ਰੀਤ, ਕਿਉਂਕਿ ਹੱਲਾ ਬੋਲ ਕੀਤਾ ਜਾ ਰਿਹਾ ਵੈ, ਪੂਰੀ ਦੇਸ਼ ਭਰ ਤੋਂ ਕਾਂਗਰਸ ਦੇ ਆਗੂ ਸੱਦੇ ਗਏ ਨੇ ਔਰ ਜਿਸ ਤਰੀਕੇ ਨਾਲ ਲੋਕ ਸਭਾ ਔਰ ਰਾਜ ਸਭਾ 'ਚ ਜੋ ਮੁੱਦਾ ਗੂੰਜ ਰਿਹਾ ਵੈ ਅਗਸਟਾ ਲੈਂਡ ਡੀਲ ਦਾ, ਉਸ ਨੂੰ ਲੈ ਕੇ ਕਿਤੇ ਨਾ ਕਿਤੇ ਜੋ ਬੈਕਫੁੱਟ 'ਤੇ ਕਾਂਗਰਸ ਨਜ਼ਰ ਆ ਰਹੀ ਸੀਗੀ ਉਸ ਨੂੰ ਲੈ ਕੇ ਵੀ ਹੁਣ ਫਰੰਟਫੁੱਟ 'ਤੇ ਹਮਲਾ ਬੋਲਿਆ ਜਾ ਰਿਹਾ ਔਰ ਸਾਫ਼ ਤੌਰ 'ਤੇ ਕਿਹਾ ਜਾ ਰਿਹਾ ਕਿ ਜੋ ਉਹਨਾਂ ਦੇ ਮੁਖੀ ਨੇ ਸੋਨੀਆ ਗਾਂਧੀ ਨੇ, ਰਾਹੁਲ ਗਾਂਧੀ ਨੇ ਜਾਣ ਬੁੱਝ ਕੇ ਉਹਨਾਂ ਦੀ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਬਦਨਾਮ ਕੀਤੀ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਵਾਅਦੇ ਨਹੀਂ ਪੂਰੇ ਕੀਤੇ ਜਾ ਰਹੇ, ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਨੇ, ਤਮਾਮ ਅਜਿਹੇ ਮੁੱਦੇ ਨੇ ਜਿਸ ਨੂੰ ਲੈ ਕੇ ਪੰਕਜ, ਸੋ ਕਈ ਸਾਰੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਦੀ ਹੱਲਾ ਬੋਲਣ ਦੀ ਤਿਆਰੀ ਕੀਤੀ ਜਾ ਰਹੀ ਹੈ, ਸੋ ਇਹ ਹੱਲਾ ਬੋਲਿਆ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਉਧਰ ਬੀਜੇਪੀ ਨੇ ਲੋਕ ਸਭਾ ਦੇ ਬਾਹਰ ਮੁਜ਼ਾਹਰਾ ਕੀਤਾ ਕਾਂਗਰਸ ਦੇ ਖਿਲਾਫ਼। ਪੰਕਜ, ਬਹੁਤ ਬਹੁਤ ਸ਼ੁਕਰੀਆ ਇਸ ਪੂਰੀ ਜਾਣਕਾਰੀ ਦੇ ਲਈ।